ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਇਸ ਚੈਨਲ ਦੇ ਵਿੱਚ। ਅਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਜੀ ਬੱਟਾਂ ਵਾਲੀ ਦਸਤਾਰ ਦੀ ਵੀਡੀਓ ਹੈ ਜਿਹੜੀ ਲੈ ਕੇ ਆਏ ਕਿੱਦਾਂ ਆਪਾਂ ਬਰੀਕ ਬਰੀਕ ਬੱਟ ਨੇ ਜਿਹੜੇ ਉਹ ਕ੍ਰੀਏਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਨੂੰ ਇੱਕ ਪੱਗ ਪਿੰਨ ਜਾਂ ਸੂਈ ਤੁਸੀਂ ਕੁਝ ਵੀ ਵਰਤ ਸਕਦੇ ਹੋ ਜਿਹਦੀ ਚੁੰਝ ਜਿਹੜੀ ਬਹੁਤ ਹੀ ਜ਼ਿਆਦਾ ਨੁਕੀਲੀ ਹੋਵੇ, ਤਿੱਖਾ ਹੋਵੇ ਕੋਈ ਵੀ ਚੀਜ਼। ਅਤੇ ਇੱਦਾਂ ਆਪਾਂ ਨੇ ਬੱਟ ਹੈ ਜਿਹੜੇ ਕ੍ਰੀਏਟ ਕਰਨੇ, ਪਹਿਲਾਂ ਆਪਾਂ ਨੇ ਸਿੰਪਲੀ ਦਸਤਾਰ ਹੈ ਜਿਹੜੀ ਸਜਾ ਲੈਣੀ ਹੈ। ਬੱਟ ਤੁਸੀਂ ਕਿਹੜੇ ਕਿਹੜੇ ਵੀ ਪਾ ਸਕਦੇ ਹੋ, ਮਤਲਬ ਕਿ ਸਪੇਸ ਹੈ ਜਿਹੜੀ ਬੱਟਾਂ 'ਚ ਤੁਸੀਂ ਕਿਵੇਂ ਵੀ ਪਾ ਸਕਦੇ ਹੋ। ਜਿਵੇਂ ਤੁਸੀਂ ਦਸਤਾਰ ਪਹਿਲਾਂ ਦੇਖ ਰਹੇ ਹੋ, ਇੱਦਾਂ ਤੁਸੀਂ ਬੱਟ ਪਹਿਲਾਂ ਸਿੰਪਲ ਕ੍ਰੀਏਟ ਕਰ ਲੈਣੇ ਆ। ਸਾਰੀ ਦਸਤਾਰ ਸਜਾ ਕੇ ਵੀ ਤੁਸੀਂ ਇਹ ਬੱਟ ਨੇ ਜਿਹੜੇ ਕ੍ਰੀਏਟ ਬਾਅਦ 'ਚੋਂ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਵੀ ਤੁਸੀਂ ਪਹਿਲਾ ਦੂਸਰਾ ਤੀਸਰਾ ਲੜ ਲਾ ਕੇ ਵੀ ਜਿਹੜੀ ਦਸਤਾਰ ਹੈ ਐਵੇਂ ਦੀ ਸਜਾ ਸਕਦੇ ਹੋ ਜੀ। ਬੱਟ ਹੈ ਜਿਹੜੇ ਐਵੇਂ ਦੇ ਪਾ ਸਕਦੇ ਹੋ। ਬੱਟ ਪਾਉਣ ਦਾ ਤਰੀਕਾ ਜਿਹੜਾ ਤੁਸੀਂ ਸਾਰਿਆਂ ਨੂੰ ਸੇਮ ਤਰੀਕੇ ਦੇ ਨਾਲ ਆਪਾਂ ਦਸਤਾਰ ਹੈ ਜਿਹੜੀ ਸਜਾਵਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਅੱਗੇ ਵੀਰੇ ਜਿੱਥੇ ਆਪਾਂ ਲੜਾਂ ਨੂੰ ਪਿੰਚ ਕਰਦੇ ਹਾਂ ਉਸੇ ਜਗ੍ਹਾ ਤੋਂ ਆਪਾਂ ਨੇ ਪੱਗ ਪਿੰਨ ਦੇ ਨਾਲ ਹੈ ਜਿਹੜੇ ਇਹ ਬੱਟ ਨੇ ਉਹ ਕ੍ਰੀਏਟ ਕਰਨੇ ਆ। ਇਹਦੀਆਂ ਵੀਡੀਓ ਤੁਸੀਂ ਪਹਿਲਾਂ ਵੀ ਚੈਨਲ 'ਤੇ ਬਹੁਤ ਹੀ ਜ਼ਿਆਦਾ ਦੇਖੀਆਂ ਹੋਣੀਆਂ, ਅਤੇ ਅੱਜ ਵੀ ਆਪਾਂ ਇਹ ਵੀਡੀਓ ਹੈ ਜਿਹੜੀ ਲੈ ਕੇ ਆਏ ਹਾਂ ਜੀ। ਅਤੇ ਬੱਟ ਪਾਉਣ ਦਾ ਤਰੀਕਾ ਜਿਹੜਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ, ਬੱਟ ਆਪਾਂ ਨੇ ਹੌਲੀ ਹੌਲੀ ਪਾਉਣੇ ਆ। ਅਤੇ ਸ਼ੀਸ਼ਾ ਵੀ ਤੁਸੀਂ ਬੈਕ ਸਾਈਡ 'ਤੇ ਵੀ ਲਾ ਸਕਦੇ ਹੋ, ਅਤੇ ਅੱਗੋਂ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੇ ਆਪਾਂ ਨੇ ਬੱਟ ਹੈ ਜਿਹੜੇ ਪਾਉਣੇ ਆ। ਸ਼ੀਸ਼ਾ ਆਪਾਂ ਨੇ ਜਮ੍ਹਾਂ ਅੱਗੇ ਰੱਖ ਲੈਣਾ ਤਾਂ ਕਿ ਆਪਾਂ ਨੂੰ ਸਾਰਾ ਕੁਝ ਹੈ ਜਿਹੜਾ ਦਸਤਾਰ ਦੀ ਜਿਹੜੀ ਆਲ ਅਰਾਊਂਡ ਹੈ ਜਿਹੜੀ ਸ਼ੇਪ ਹੈ ਉਹ ਸ਼ੋਅ ਹੋ ਜਾਵੇ। ਸਾਰਾ ਕੁਛ ਆਪਾਂ ਨੂੰ ਅੱਗੇ ਵਾਲੇ ਬੱਟ ਨੇ ਜਿਹੜੇ ਵਧੀਆ ਕਲੀਅਰਲੀ ਦਿਖ ਸਕਣ, ਐਚ ਡੀ ਦਿਖ ਸਕਣ। ਅਤੇ ਇੱਦਾਂ ਆਪਾਂ ਨੇ ਸ਼ੀਸ਼ੇ ਨੂੰ ਰੱਖਣਾ ਜੀ। ਆਪਾਂ ਨੇ ਪੱਗ ਪਿੰਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਰੇ, ਟੀ ਪਿੰਨ ਵੱਜਦਾ, ਇਹਦਾ ਲਿੰਕ ਹੈ ਜਿਹੜਾ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਤੁਸੀਂ ਜਾ ਕੇ ਇਹ ਟੀ ਪਿੰਨ ਨੇ ਜਿਹੜੇ ਖਰੀਦ ਸਕਦੇ ਹੋ। ਇਹ ਬਹੁਤ ਹੀ ਵਧੀਆ ਮਤਲਬ ਕਿ ਪਿੰਨਾਂ ਨੇ। ਇਹਦੇ ਨਾਲ ਆਪਣੇ ਇਹ ਨਾ ਤਾਂ ਜ਼ਿਆਦਾ ਮੂਸਦੇ ਨੇ ਨਾ ਜ਼ਿਆਦਾ ਪਤਲੇ ਹੁੰਦੇ ਨੇ। ਇਹ ਦੂਸਰੇ ਜਿਹੜੇ ਪੱਗ ਪਿੰਨ ਨੇ ਉਹਨਾਂ ਨਾਲ ਉਹ ਬੈਟਰ ਹੈ, ਵਧੀਆ ਮੋਟੇ ਨੇ। ਅਤੇ ਇਹਦੇ ਨਾਲ ਤੁਸੀਂ ਬੱਟ ਹੈ ਜਿਹੜੇ ਕ੍ਰੀਏਟ ਕਰ ਸਕਦੇ ਹੋ ਜੀ। ਬਾਕੀ ਤੁਸੀਂ ਬੱਟ ਪਾਉਣ ਦਾ ਤਰੀਕਾ ਜਿਹੜਾ ਉਹ ਦੇਖ ਰਹੇ ਹੋ ਜੀ, ਜਿਹੜੀ ਜਗ੍ਹਾ 'ਤੇ ਆਪਣਾ ਕੱਪੜਾ ਜਿਹੜਾ ਉਹ ਜ਼ਿਆਦਾ ਫੁੱਲਿਆ ਹੁੰਦਾ ਆਪਾਂ ਉਸੇ ਜਗ੍ਹਾ 'ਤੇ ਜਿਹੜੇ ਇਹ ਪੱਗ ਪਿੰਨ ਹੈ ਇਸੇ ਤਰੀਕੇ ਦੇ ਨਾਲ ਮਾਰਨਾ ਜੀ। ਪੱਗ ਪਿੰਨ ਨੂੰ ਜ਼ਿਆਦਾ ਆਪਾਂ ਨੇ ਜ਼ੋਰ ਦੀ ਨਹੀਂ ਲਾਉਣਾ, ਇਹਨੂੰ ਪੋਲੇ ਪੋਲੇ ਹੱਥ ਨਾਲ ਆਪਾਂ ਨੇ ਉਸ ਜਗ੍ਹਾ 'ਤੇ ਲਾਉਣਾ ਜਿਹੜੀ ਜਗ੍ਹਾ ਤੋਂ ਆਪਣਾ ਲਾੜਾ ਜਿਹੜਾ ਢਿੱਲਾ ਹੁੰਦਾ ਜਾਂ ਉੱਪਰ ਨੂੰ ਉੱਠਿਆ ਹੁੰਦਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਨੇ ਬੈਕ ਸਾਈਡ ਵੱਲ ਵੀ ਜਿਹੜੇ ਇਹ ਬੱਟ ਨੇ ਕ੍ਰੀਏਟ ਕਰ ਸਕਦੇ ਹਾਂ। ਬਟ ਸ਼ੀਸ਼ਾ ਤੁਸੀਂ ਬੈਕ ਸਾਈਡ 'ਤੇ ਜ਼ਰੂਰ ਲਾ ਲਿਓ ਜੀ, ਉਹਦੇ ਬਿਨਾਂ ਬੈਕ ਸਾਈਡ 'ਤੇ ਨਹੀਂ ਦੇਖਣਾ। ਅਤੇ ਅੱਖਾਂ 'ਤੇ ਵੀ ਬਹੁਤ ਜ਼ੋਰ ਪੈਂਦਾ ਜਦੋਂ ਆਪਾਂ ਇਹ ਦਸਤਾਰ ਸਜਾਉਣਾ, ਕਿਉਂਕਿ ਬੱਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਬਰੀਕ ਕਰਨੇ ਪੈਂਦੇ ਅਤੇ ਟਾਈਮ ਵੀ ਜਿਹੜਾ ਉਹ ਜ਼ਰੂਰ ਲੱਗਦਾ ਜੀ। ਇਹ ਵੀਡੀਓ ਹੈ ਜਿਹੜੀ ਇਹ ਬਹੁਤ ਹੀ ਫੁੱਲ ਬਣਾਈ ਸੀਗੀ, ਬਟ ਇਹਦੀ ਕੁਆਲਿਟੀ ਕਾਰਨ ਇਹ ਵੀਡੀਓ ਹੈ ਜਿਹੜੀ ਵਿੱਚੋਂ ਥੋੜ੍ਹਾ ਥੋੜ੍ਹਾ ਪਾਰਟ ਹੈ ਜਿਹੜਾ ਮੈਂ ਅਪਲੋਡ ਕਰਨ ਲੱਗਾ ਜੀ। ਇਹ ਵੀਡੀਓ ਹੈ ਜਿਹੜੀ ਸਾਰਿਆਂ ਨਾਲੋਂ ਪਹਿਲਾਂ ਤਾਂ ਵੀਰੇ ਇਹ ਪੂਰੀ ਵੀਡੀਓ ਹੈ ਜਿਹੜੀ ਰੈਡੀ ਸੀਗੀ, ਫਿਰ ਮੈਂ ਥੋੜ੍ਹੀ ਜਿਹੀ ਵੀਡੀਓ ਜੋ ਦੇਖੀ, ਮੈਂ ਕੁਆਲਿਟੀ ਦੇਖੀ ਤਾਂ ਕੁਆਲਿਟੀ ਇਹਦੀ ਅੱਗੇ ਵਾਲਾ ਪਾਰਟ ਹੈ ਜਿਹੜਾ ਉਨਾ ਖਰਾਬ ਹੋ ਰਿਹਾ ਸੀਗਾ, ਅਤੇ ਤਾਂ ਕਰਕੇ ਵੀਰੇ ਇੰਨਾ ਇੰਨਾ ਪਾਰਟ ਹੈ ਜਿਹੜਾ ਦੂਰੀ ਵਾਰ ਕ੍ਰੀਏਟ ਕੀਤਾ, ਤਾਂ ਇਹ ਤੁਹਾਨੂੰ ਪੂਰੀ ਵੀਡੀਓ ਮਿਲ ਜਾਣੀ ਸੀ। ਬਟ ਕੋਈ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜੀ। ਅੱਗੇ ਆਪਾਂ ਇਹੀ ਵੀਡੀਓ ਇਹ ਅਗਲੇ ਮਤਲਬ ਕਿ 5-6 ਦਿਨਾਂ 'ਤੇ ਤੁਹਾਨੂੰ ਆਪਣੇ ਇਸ ਚੈਨਲ 'ਤੇ ਮਿਲ ਜੂਗੀ, ਇਹੀ ਟੋਪਿਕ ਇਹੀ ਕੁਆਲਿਟੀ, ਅਤੇ ਪੂਰੀ ਵਧੀਆ ਕੁਆਲਿਟੀ 'ਚ ਤੁਹਾਨੂੰ ਇਹ ਵੀਡੀਓ ਹੈ ਜਿਹੜੀ ਮਿਲ ਜੂਗੀ, ਪੂਰਾ ਐਕਸਪਲੇਨ ਮਿਲੂ। ਬਟ ਇਹਦੇ ਨਾਲ ਤੁਹਾਨੂੰ ਥੋੜ੍ਹੀ ਜਿਹੀ ਹੈਲਪ ਹੋ ਜੂਗੀ। ਕੁਝ ਵੀਰ ਕਹਿ ਰਹੇ ਸੀ ਕਿ ਤੁਸੀਂ ਜਲਦੀ ਵੀਡੀਓ ਪਾਓ, ਅਤੇ ਵੀਡੀਓ ਹੈ ਜਿਹੜੀ ਚੈਨਲ 'ਤੇ ਨਹੀਂ ਆਈ, ਅਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਜੀ। ਅਤੇ ਜੇਕਰ ਵੀਰ ਤੁਹਾਨੂੰ ਕਿਤੋਂ ਵੀ ਸਮਝ ਨਾ ਲੱਗੇ ਜੀ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਅਤੇ ਉਹ 'ਤੇ ਤੁਸੀਂ ਮੈਸੇਜ ਪੁੱਛ ਸਕਦੇ ਹੋ, ਕੁਛ ਵੀ ਤੁਹਾਡਾ ਸਵਾਲ ਜਵਾਬ ਹੋਣ ਜੀ ਪੁੱਛ ਸਕਦੇ ਹੋ ਉਸ ਮੈਸੇਜ ਕਰਕੇ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਕਹਿਣ 'ਤੇ ਨਵਾਂ ਤੋਂ ਨਵਾਂ ਟਿਊਟੋਰੀਅਲ ਜਿਹੜਾ ਅਪਲੋਡ ਕਰੀਏ, ਨਵਾਂ ਸਟਾਈਲ ਹੈ ਜਿਹੜਾ ਦਸਤਾਰ ਅਪਲੋਡ ਕਰੀਏ, ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ। ਐਂਡ ਜਿਹੜਾ ਟਿਊਟੋਰੀਅਲ ਜਿਹੜਾ ਤੁਸੀਂ ਆਖਿਆ ਉਹ ਜ਼ਰੂਰ ਅਪਲੋਡ ਕਰਾਂਗੇ ਜੀ। ਬੱਟ ਪਾਉਣ ਵੇਲੇ ਵੀਰੇ ਤੁਸੀਂ ਕੋਈ ਵੀ ਕਾਹਲੀ ਨਹੀਂ ਕਰਨੀ, ਆਪਾਂ ਨੇ ਹੌਲੀ ਹੌਲੀ ਬੱਟ ਨੇ ਜਿਹੜੇ ਇਹ ਕ੍ਰੀਏਟ ਕਰਨੇ ਆ, ਕਿਉਂਕਿ ਜੇ ਆਪਾਂ ਜ਼ਿਆਦਾ ਜਿਹੜੀ ਕਾਹਲੀ ਕਰਾਂਗੇ ਦਸਤਾਰ ਸਜਾਉਣ ਵੇਲੇ ਜਾਂ ਬੱਟ ਪਾਉਣ ਵੇਲੇ, ਤਾਂ ਆਪਣੀ ਦਸਤਾਰ ਦੀ ਸ਼ੇਪ ਐਂਡ ਜਿਹੜੇ ਬੱਟ ਆਪਾਂ ਨੇ ਪਹਿਲਾਂ ਕ੍ਰੀਏਟ ਕੀਤੇ ਗਏ ਨੇ ਉਹ ਵੀ ਆਪਾਂ ਖਰਾਬ ਕਰ ਸਕਦੇ ਹਾਂ। ਕਈ ਵਾਰ ਕੀ ਹੁੰਦਾ ਹੈ ਬੱਟਾਂ ਦੇ ਜੋ ਟਾਈਟ ਹੁੰਦਾ ਜਿਹੜੀ ਜਗ੍ਹਾ ਤੋਂ ਬੱਟ, ਆਪਾਂ ਨੇ ਥੱਲੇ ਵੱਲ ਨੂੰ ਖਿੱਚ ਕੇ ਕੱਪੜੇ ਨੂੰ ਅਤੇ ਉੱਪਰ ਵੱਲ ਨੂੰ ਫਿਰ ਇਸੇ ਤਰੀਕੇ ਦੇ ਨਾਲ ਹੀ ਆਪਣੇ ਬੱਟ ਹੈ ਜਿਹੜੇ ਹਲਕੇ ਹਲਕੇ ਕ੍ਰੀਏਟ ਕਰਨੇ ਆ ਜੀ। ਇਹ ਬੱਟ ਆਪਾਂ ਨੇ ਪਾਉਣ ਲੱਗੇ ਜੀ, ਜਿਵੇਂ ਤੁਸੀਂ ਦੇਖ ਰਹੇ ਹੋ ਬਾਜ ਹੈ ਜੋ ਆਪਾਂ ਨੇ ਪੱਗ ਪਿੰਨ ਹੈ ਜਾਂ ਸੂਈ, ਆਪਾਂ ਨੇ ਕੋਈ ਵੀ ਚੀਜ਼ ਫੜਾਂਗੇ ਨਾ ਉਹਨੂੰ ਜਮ੍ਹਾਂ ਅੱਗੇ ਤੋਂ ਜ਼ਰੂਰ ਫੜਿਓ ਜੀ, ਕਿਉਂ ਜੇਕਰ ਤੁਸੀਂ ਅੱਗੇ ਤੋਂ ਫੜੋਂਗੇ ਤਾਂ ਉਹਦੇ ਚਲਾਉਣ ਦਾ ਤੁਹਾਨੂੰ ਤਰੀਕਾ ਜਿਹੜਾ ਉਹ ਮੋਰ ਦੈਨ ਵਧੀਆ ਆਊਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਦਾਂ ਆਪਾਂ ਨੇ ਇੰਨੀ ਅੱਗੋਂ ਜਿਹੜੇ ਬੱਟ ਨੂੰ ਮਤਲਬ ਕਿ ਜਿਹੜਾ ਆਪਣੇ ਪੱਗ ਪਿੰਨ ਆ ਜਿਹੜਾ ਫੜਿਆ ਜੀ, ਇਸੇ ਤਰੀਕੇ ਦੇ ਨਾਲ ਅੱਗੋਂ ਅੱਗੋਂ ਜੇ ਤੁਸੀਂ ਫੜੋਂਗੇ ਤਾਂ ਵਧੀਆ ਜਿਹੜੇ ਆ ਬੱਟ ਨੇ ਤੁਹਾਡੇ ਤੋਂ ਵਧੀਆ ਪੈ ਜਾਣਗੇ ਜੀ। ਅਤੇ ਉੱਪਰੋਂ ਜਿਵੇਂ ਤੁਸੀਂ ਦੇਖ ਰਹੇ ਹੋ ਉੱਪਰੋਂਲੇ ਬੱਟ ਅਤੇ ਨੀਚੇ ਵਾਲੇ ਬੱਟਾਂ 'ਚ ਕਿੰਨਾ ਫਰਕ ਆ ਚੁੱਕਾ ਜੀ, ਕਿੰਨੇ ਬਰੀਕ
ਉਹਦੀ ਵੀਡੀਓ ਆਪਣੇ ਚੈਨਲ 'ਤੇ ਪਹਿਲਾਂ ਤੋਂ ਅਪਲੋਡ ਹੈ ਅਤੇ ਤੁਸੀਂ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਜੀ। ਪੂਣੇ ਦੀ ਵੀਡੀਓ ਵੀ ਤੁਹਾਨੂੰ ਉੱਪਰ ਆਈ ਬਟਨ 'ਚ ਮਿਲ ਜੂਗੀ, ਤੁਸੀਂ ਸਾਰੀਆਂ ਵੀਡੀਓ ਜਿਹੜੀਆਂ ਉਹ ਦੇਖ ਸਕਦੇ ਹੋ ਜੀ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੇ, ਤਾਂ ਕਿ ਆਪਣੇ ਦੂਸਰੇ ਵੀਰਾਂ ਤੱਕ ਵੀ ਵੀਡੀਓ ਹੈ ਜਿਹੜੀ ਜ਼ਰੂਰ ਪਹੁੰਚ ਸਕੇ, ਜਿਹੜੇ ਦਸਤਾਰ ਨਹੀਂ ਸਜਾਉਂਦੇ ਉਹ ਵੀ ਦਸਤਾਰ ਸਜਾ ਸਕਣ। ਅਤੇ ਬਟ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਬਰੀਕ ਬਟ ਨੇ ਜਿਹੜੇ ਪੈ ਚੁੱਕੇ ਨੇ ਜੀ। ਅਤੇ ਵੀਰੇ ਮਾਫ਼ੀ ਚਾਹੁੰਦਾ, ਵੀਡੀਓ ਥੋੜ੍ਹੀ ਐਤਕੀ ਲੇਟ ਹੋ ਗਈ ਅਤੇ ਅਗਲੀ ਵਾਰੀ ਇੱਦਾਂ ਨਹੀਂ ਹੋਊਗਾ, ਵੀਡੀਓ ਆਪਣੀਆਂ ਜਲਦੀ ਆ ਜਾਣੀਆਂ, ਮਿਲ ਜਾਣੀਆਂ ਤੁਹਾਨੂੰ ਚੈਨਲ 'ਤੇ ਆਪਣੇ 'ਤੇ। ਅਤੇ ਬੈੱਲ ਆਈਕਨ ਨੂੰ ਜ਼ਰੂਰ ਦੱਬ ਲਿਆ ਕਰੋ ਤਾਂ ਕਿ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਤੁਹਾਨੂੰ ਉਹਦੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਜਲਦੀ ਮਿਲ ਜਾਇਆ ਕਰੇ। ਤਾਂ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਈ ਜੀ। ਮਿਲਦੇ ਹਾਂ ਤੁਹਾਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ, ਅਤੇ ਤਦ ਤੱਕ ਤੁਹਾਨੂੰ ਇਹ ਵੀਡੀਓ ਹੈ ਜੋ ਉਹ ਸ਼ੇਅਰ ਜ਼ਰੂਰ ਕਰ ਲਿਓ ਜੀ। ਅਤੇ ਬਟ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਸੀਂ ਚਾਹੁੰਦੇ ਕਿ ਅਸੀਂ ਤੁਹਾਡੇ ਕਹਿਣ 'ਤੇ ਨਵਾਂ ਤੋਂ ਨਵਾਂ ਟਿਊਟੋਰੀਅਲ ਜਿਹੜਾ ਅਪਲੋਡ ਕਰੀਏ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ, ਅਸੀਂ ਜ਼ਰੂਰ ਜਲਦੀ ਤੁਹਾਡੀ ਜੋ ਡਿਮਾਂਡ ਹੈ ਵੀਡੀਓ ਦੀ ਉਹ ਜਲਦੀ ਅਪਲੋਡ ਕਰਾਂਗੇ ਜੀ। ਬਟ ਜੇ ਤੁਹਾਨੂੰ ਸ਼ੇਪ ਦਸਤਾਰ ਦੀ ਵਧੀਆ ਲੱਗੀ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗੀ, ਅਤੇ ਬਟ ਨੇ ਜਿਹੜੇ ਉਹ ਵੀ ਜ਼ਰੂਰ ਦੱਸ ਦਿਓ ਕਮੈਂਟ ਕਰਕੇ ਜੀ ਕਿੱਦਾਂ ਲੱਗੀ, ਤਾਂ ਫਿਰ ਆਪਾਂ ਅਗਲੀ ਵਾਰੀ ਹੋਰ ਵੀ ਵਧੀਆ ਬਟ ਹੈ ਜਿਹੜੇ ਪਾਵਾਂਗੇ।